ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 4 ਨਵੰਬਰ 2022 ਦੇ ਨਾਲ ਰਿਲੇਟਡ ਇੰਪੋਰਟੈਂਟ ਕ੍ਰੰਟ ਅਫੇਅਰ ਦੇ ਐਮਸੀਕਿਊ ਤੇ ਹਰ ਇੱਕ ਪ੍ਰਸ਼ਨ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਪ੍ਰਸ਼ਨ ਨੰਬਰ 1 ਹਾਲ ਹੀ ਵਿੱਚ ਕੌਣ ਦੁਨੀਆ ਦਾ ਨੰਬਰ 1 T20 ਬੱਲੇਬਾਜ਼ ਬਣਿਆ ਹੈ ਹਾਂਜੀ ਦੁਨੀਆ ਦੇ ਨੰਬਰ 1 T20 ਬੱਲੇਬਾਜ਼ ਬਣਿਆ ਸੌਰਿਆ ਕੁਮਾਰ ਜਾਦਵ অপਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਚੀਫ ਮਿਨਿਸਟਰ ਕੇਜਰੀਵਾਲ ਨੇ ਕਿਸ ਰਾਜ ਵਿੱਚ ਯੋਗਸਾਲਾ ਬਣਾਉਣ ਦਾ ਐਲਾਨ ਕੀਤਾ ਹੈ ਹਾਂਜੀ ਚੀਫ ਮਿਨਿਸਟਰ ਦਿੱਲੀ ਦੇ ਚੀਫ ਮਿਨਿਸਟਰ ਹੈ ਕੇਜਰੀਵਾਲ ਤੇ ਇਹਨਾਂ ਨੇ ਪੰਜਾਬ ਰਾਜ ਦੇ ਵਿੱਚ ਯੋਗਸਾਲਾ ਬਣਾਉਣ ਦਾ ਐਲਾਨ ਕੀਤਾ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਇਸ ਦੇ ਨਾਲ ਹੀ ਇੰਪੋਰਟੈਂਟ ਕਰੰਟ ਅਫੇਅਰ ਜੋ ਬੰਦੀ ਹੈ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਡੇਰਾ ਬਿਆਸ ਦੇ ਮੁਖੀ ਨੂੰ ਮਿਲਣ ਦੇ ਲਈ 5 ਨਵੰਬਰ ਯਾਨੀ ਕਿ ਕੱਲ ਪੰਜਾਬ ਆਉਣਗੇ ਠੀਕ ਹੈ ਇਸ ਤੋਂ ਇਲਾਵਾ ਹੁਣ ਅਸੀਂ ਗੱਲ ਕੀਤੀ ਆ ਪੰਜਾਬ ਦੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਤੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਕੀ ਆ ਚੰਡੀਗੜ੍ਹ ਇੱਥੋਂ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਤੇ ਇੱਥੋਂ ਦੇ ਗਵਰਨਰ ਆ ਬਨਵਾਰੀ لال ਪ੍ਰੋਹਿਤ ਮਲੇਰਕੋਟਲਾ ਤੇਮਾ ਜ਼ਿਲ੍ਹਾ ਵਣਿਆ ਪੰਜਾਬ ਦਾ ਕਦੋਂ ਬਣਿਆ 14 ਮਈ 2021 ਨੂੰ ਈਦ ਵਾਲੇ ਦਿਨ ਕਿਹੜੇ ਜ਼ਿਲ੍ਹੇ ਤੋਂ ਵੱਖ ਹੋ ਕੇ ਬਣਿਆ ਸੰਗਰੂਰ ਜ਼ਿਲ੍ਹੇ ਤੋਂ ਵੱਖ ਹੋ ਕੇ ਠੀਕ ਹੈ ਇਸ ਤੋਂ ਇਲਾਵਾ ਪੰਜਾਬ ਦੇ ਸਿੱਖਿਆ ਬੋਰਡ ਨੇ ਸਿੱਖ ਇਤਿਹਾਸ ਦੀਆਂ ਤਿੰਨ ਕਿਤਾਬਾਂ ਤੇ ਪ੍ਰਤੀਬੰਧ ਲਗਾਇਆ ਇਹਨਾਂ ਤਿੰਨਾਂ ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਤੋੜ ਮੋੜ ਕੇ ਰਚਿਆ ਗਿਆ ਸੀ ਇਸ ਕਰਕੇ ਇਹਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਕਿਹੜੀਆਂ ਕਿਹੜੀਆਂ ਬੁੱਕਸ ਆ ਮਾਡਰਨ ਏ ਬੀ ਸੀ ਹਿਸਟਰੀ ਆਫ ਪੰਜਾਬ ਮਨਜੀਤ ਸਿੰਘ ਸੋਢੀ ਦੀ ਲਿਖੀ ਹੋਈ ਆ ਤੇ ਇੱਕ ਹਿਸਟਰੀ ਆਫ ਪੰਜਾਬ ਪਲੱਸ 2 ਦੀ ਬੁੱਕ ਆ ਐਮ ਐਸ ਮਾਨਦੀਸ ਤੇ ਵੀ ਪਾਬੰਦੀ ਲੱਗੀ ਆ ਤੇ ਹਿਸਟਰੀ ਆਫ ਪੰਜਾਬ ਮਹਿੰਦਰਪਾਲ ਕੌਰ ਦੀ ਬੁੱਕ ਆ ਇਸ ਤੋਂ ਇਲਾਵਾ ਇੰਡੀਅਨ 에ਅਰ ਫੋਰਸ ਨੇ ਪਹਿਲੀ S400 ਮਿਸਾਈਲ ਦਾ ਸਭ ਪਹਿਲਾ ਸਕੁਐਡਨ ਪੰਜਾਬ ਦੇ ਵਿੱਚ ਤਾਇਨਾਤ ਕੀਤਾ ਰਾਜ ਸਰਕਾਰ ਨੇ ਜਗਨਨਾਥ ਰਥ ਯਾਤਰਾ ਨੂੰ ਰਾਜ ਉਤਸਵ ਦਾ ਟੈਗ ਦਿੱਤਾ ਤੇ ਭਾਰਤ ਦੇ ਔਨ ਦੇ ਕੱਪੜੇ ਬਣਾਉਣ ਦੇ ਕਾਰਖਾਨੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਆ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਕਿਸ ਕੇਂਦਰ ਸ਼ਾਸਿਤ ਪ੍ਰਦੇਸ਼ ਨੇ 1 ਨਵੰਬਰ ਨੂੰ ਆਪਣਾ ਮੁਕਤੀ ਦਿਵਸ ਮਨਾਇਆ ਹੈ ਵੈਰੀ ਵੈਰੀ ਇੰਪੋਰਟੈਂਟ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਡੇ ਭਾਰਤ ਦੇ 7 ਰਾਜਾਂ ਨੇ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਪਣਾ ਮੁਕਤੀ ਦਿਵਸ ਮਨਾਇਆ ਸੱਤ ਰਾਜ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜੇ ਆ ਇਹਨਾਂ ਦੇ ਬਾਰੇ ਅਸੀਂ ਲਾਸਟ ਤੇ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਜੋ ਸਾਡਾ ਮੇਨ ਪੁਆਇੰਟ ਆ ਸੀ ਪੁਆਇੰਟ 2 ਗੱਲ ਕਰਦੇ ਆ ਕਿ ਹਾਲ ਹੀ ਵਿੱਚ ਕਿਸ ਕੇਂਦਰ ਸਰਕਾਰ ਨੇ ਸੌਰੀ ਕੇਂਦਰ ਸ਼ਾਸਿਤ ਪ੍ਰਦੇਸ਼ ਨੇ 1 ਨਵੰਬਰ ਨੂੰ ਆਪਣਾ ਮੁਕਤੀ ਦਿਵਸ ਮਨਾਇਆ ਤਾਂ ਇਹ ਮਨਾਇਆ ਪੁੱਡੂਚੇਰੀ ਨੇ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਅਸਲ ਦੇ ਵਿੱਚ 1 ਨਵੰਬਰ 1954 ਨੂੰ ਪੁੱਡੂਚੇਰੀ ਫਰਾਂਸੀਸੀਆਂ ਤੋਂ ਮੁਕਤ ਹੋਇਆ ਸੀ ਜਿਸ ਕਰਕੇ ਹਰ ਇੱਕ ਸਾਲ 1 ਨਵੰਬਰ ਨੂੰ ਇਹ ਆਪਣਾ ਲਿਬਰੇਸ਼ਨ ਡੇ ਮਨਾਉਂਦਾ ਵਾ ਠੀਕ ਹੈ ਹੁਣ ਅਸੀਂ ਗੱਲ ਕੀਤੀ ਹੈ ਪੁੱਡੂਚੇਰੀ ਦੀ ਤਾਂ ਤੁਸੀਂ ਮੈਪ ਦੇ ਵਿੱਚ ਕਦੇ ਪੁੱਡੂਚੇਰੀ ਨੂੰ ਧਿਆਨ ਨਾਲ ਦੇਖਿਆ ਤਾਂ ਹੁਣ ਦੇਖ ਸਕਦੇ ਹੋ ਦੇਖ ਲਓ ਧਿਆਨ ਨਾਲ ਤੁਹਾਨੂੰ ਦਿਖ ਰਿਹਾ ਵਾ ਪੁੱਡੂਚੇਰੀ ਦੇ ਚਾਰ ਡਾਟ ਆ ਚਾਰ ਡਾਟ ਦੇਖੋ ਮੈਪ ਦੇ ਵਿੱਚ ਇੱਕ ਡਾਟ ਆ ਕੇਰਲ ਦੇ ਵਿੱਚ ਇਹ ਇਸ ਦਾ ਨਾਮ ਆ ਮਾਹੀ ਠੀਕ ਹੈ ਮਾਹੀ ਇਹ ਕੇਰਲ ਦੇ ਵਿੱਚ ਆ ਤੇ ਇੱਕ ਡਾਟ ਆ ਜਨਮ ਇਹ ਕੇਂਦਰ ਪ੍ਰਾ ਆਂਧਰਾ ਪ੍ਰਦੇਸ਼ ਦੇ ਵਿੱਚ ਆ ਠੀਕ ਹੈ ਸੌਰੀ ਆਂਧਰਾ ਪ੍ਰਦੇਸ਼ ਦੇ ਵਿੱਚ ਆ ਜਨਮ ਤੇ ਮਾਹੇ ਆ ਕੇਰਲ ਦੇ ਵਿੱਚ ਹੁਣ ਅਸੀਂ ਗੱਲ ਕੀਤੀ ਆ ਡਾਟ ਦੀ ਗੱਲ ਕਰ ਰਹੇ ਆ ਤਾਂ ਤੁਹਾਨੂੰ ਆ ਦੋ ਡਾਟ ਦਿਖ ਰਹੇ ਆ ਇਹ ਤਾਮਿਲਨਾਡੂ ਦੇ ਵਿੱਚ ਆ ਇੱਕ ਦਾ ਨਾਮ ਆ ਕ੍ਰਾਈਕਲ ਤੇ ਦੂਜੇ ਦਾ ਨਾਮ ਆ ਪੌਂਡੀਚੇਰੀ ਠੀਕ ਹੈ ਇਹ ਚਾਰ ਡਾਟ ਮਿਲ ਕੇ ਪੁੱਡੂਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਂਦੇ ਆ ਜਿਸ ਵਿੱਚ ਪੌਂਡੀਚੇਰੀ ਆ ਜਿਹੜੀ ਇਹ ਪੁੱਡੂਚੇਰੀ ਦੀ ਕੈਪੀਟਲ ਆ ਠੀਕ ਹੈ ਜੀ ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਹੜੇ ਕਿਹੜੇ ਚਾਰ ਜ਼ਿਲ੍ਹੇ ਮਿਲ ਕੇ ਪੁੱਡੂਚੇਰੀ ਬਣਾਉਂਦੇ ਆ ਹੁਣ ਅਸੀਂ ਕਰਦੇ ਹਾਂ ਅਗਲਾ ਪ੍ਰਸ਼ਨ ਹਾਲ ਹੀ ਵਿੱਚ FIFA 2022 ਵਿੱਚ ਭਾਰਤ ਦਾ ਰਾਜਦੂਤ ਕਿਸ ਨੂੰ ਬਣਾਇਆ ਗਿਆ ਵੈਰੀ ਇੰਪੋਰਟੈਂਟ FIFA 2022 ਦੇ ਵਿੱਚ ਭਾਰਤ ਦੇ ਰਾਜਦੂਤ ਬਣਿਆ ਰਣਵੀਰ ਸਿੰਘ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਅੱਛਾ FIFA ਵਰਲਡ ਕੱਪ ਇਹ ਹੋਣ ਕਿੱਥੇ ਜਾ ਰਿਹਾ ਹੈ 2022 ਦਾ FIFA ਵਰਲਡ ਕੱਪ 2022 ਦਾ ਇਹ ਕਤਰ ਦੇ ਵਿੱਚ ਹੋਵੇਗਾ ਠੀਕ ਹੈ ਤੇ 20 ਨਵੰਬਰ ਤੋਂ ਸ਼ੁਰੂ ਹੋ ਕੇ 18 ਦਸੰਬਰ ਤੱਕ ਚੱਲੇਗਾ ਅਗਲਾ ਪ੍ਰਸ਼ਨ ਆ ਜੀ ਕਿਸ ਦੇਸ਼ ਨੇ ਹਾਲ ਹੀ ਵਿੱਚ ਆਪਣੇ ਸਪੇਸ ਸਟੇਸ਼ਨ ਲਈ ਮੈਗਟਿਵਨ ਨਾਮ ਦਾ ਇੱਕ ਲੈਬ ਮੋਡਿਊਲ ਲਾਂਚ ਕੀਤਾ ਹਾਂਜੀ ਕਿਹੜੇ ਦੇਸ਼ ਨੇ ਆਪਣੇ ਸਪੇਸ ਸਟੇਸ਼ਨ ਦੇ ਲਈ ਮੈਗਟਿਵਨ ਨਾਮ ਦਾ ਇੱਕ ਲੈਬ ਮੋਡਿਊਲ ਲਾਂਚ ਕੀਤਾ ਚੀਨ ਨੇ ਕੀਤਾ ਆਪਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ ਚੀਨ ਦੀ ਸਪੇਸ ਏਜੰਸੀ ਦਾ ਨਾਮ ਆ CNSA ਜਾਨੀ ਕਿ ਚਾਈਨੀਜ਼ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਤੇ ਇਸ ਨੇ ਹੀ ਮੈਗਟਿਵਨ ਨਾਮ ਦਾ ਇੱਕ ਲੈਬ ਮੋਡਿਊਲ ਲਾਂਚ ਕੀਤਾ ਵਾ ਹੁਣ ਅਸੀਂ ਸਪੇਸ ਏਜੰਸੀ ਦੀ ਗੱਲ ਕਰ ਰਹੇ ਹਾਂ ਤਾਂ ਜਾਪਾਨ ਦੀ ਸਪੇਸ ਏਜੰਸੀ ਕਿਹੜੀ ਆ ਜਾਕਸਾ ਅਮਰੀਕਾ ਦੀ ਕਿਹੜੀ ਆ ਨਾਸਾ ਇੰਡੀਆ ਦੀ ਕਿਹੜੀ ਆ ਇਸਰੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਸਪੇਸ ਏਜੰਸੀ ਬਾਰੇ ਹੁਣ ਇਹ ਜਿਹੜਾ ਮੋਡਿਊਲ ਚੀਨ ਨੇ ਲਾਂਚ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚੀਨ ਚੀਨ ਦੀ ਕੈਪੀਟਲ ਕੀ ਆ ਵੀਜ਼ਿੰਗ ਇਥੋਂ ਦੀ ਕਰੰਸੀ ਆ ਰੇਨਮਿਨਬੀ ਤੇ ਐਟ ਪ੍ਰੈਜ਼ੈਂਟ ਚੀਨ ਦੇ ਪ੍ਰੈਜ਼ੀਡੈਂਟ ਕੌਣ ਨੇ ਜੀ ਜ਼ਿੰਪਿੰਗ ਹੁਣ ਅਸੀਂ ਗੱਲ ਕੀਤੀ ਆ ਚੀਨ ਦੀ ਤਾਂ ਤੁਸੀਂ ਯਾਦ ਰੱਖਣਾ ਕਿ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਨਾਲ ਲੱਗਦੀ ਆ ਟੋਟਲ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਆ ਇਸ ਤੋਂ ਇਲਾਵਾ ਈ ਕਚਰੇ ਦੇ ਉਤਪਾਦਨ ਦੇ ਵਿੱਚ ਟੌਪ ਤੇ ਆ ਚੀਨ ਪਲਾਸਟਿਕ ਕਚਰੇ ਦੇ ਮਾਮਲੇ ਦੇ ਵਿੱਚ ਅਮਰੀਕਾ ਵਾ ਇਹਨਾਂ ਦੋਨਾਂ ਗੱਲਾਂ ਦੇ ਵਿੱਚ ਧਿਆਨ ਰੱਖਣਾ ਠੀਕ ਹੈ ਤੇ ਪਜ਼ਲ ਨਾ ਹੋਣਾ ਕਿ ਇਹ ਕਚਰੇ ਦੇ ਮਾਮਲੇ ਦੇ ਵਿੱਚ ਵੱਡਾ ਉਤਪਾਦਕ ਆ ਚੀਨ ਤੇ ਪਲਾਸਟਿਕ ਕਚਰੇ ਦੇ ਵਿੱਚ ਅਮਰੀਕਾ ਠੀਕ ਹੈ ਜੀ ਮੱਛੀ ਦੇ ਉਤਪਾਦਨ ਦੇ ਵਿੱਚ ਵੀ ਜੇ ਅਸੀਂ ਪੂਰੀ ਦੁਨੀਆ ਦੇ ਵਿੱਚ ਗੱਲ ਕਰੀਏ ਤਾਂ ਚੀਨ ਟੌਪ ਤੇ ਆ ਇਸ ਤੋਂ ਇਲਾਵਾ ਚੀਨ ਨੇ ਕੋਵਿਡ ਵਿਰੋਧ ਆਪਣੀ ਪਹਿਲੀ ਇਨਹੇਲੇਬਲ ਵੈਕਸੀਨ ਜਾਰੀ ਕੀਤੀ ਆ ਜਿਹੜੀ ਕਿ ਮਤਲਬ ਕਿ ਸਾਹ ਦੁਆਰਾ ਲਈ ਜਾਂਦੀ ਆ ਮੱਛੀ ਉਤਪਾਦਨ ਚ ਚੀਨ ਦੁਨੀਆ ਦੇ ਵਿੱਚ ਸਭ ਤੋਂ ਅੱਗੇ ਆ ਮੈਂ ਆਲਰੇਡੀ ਦੱਸ ਚੁੱਕੀ ਆ ਇਸ ਤੋਂ ਇਲਾਵਾ ਪਹਿਲੇ ਸੋਵਰ অবজারਵੇਟਰੀ ਕੋਆਫੂ 1 ਚੀਨ ਨੇ ਲਾਂਚ ਕੀਤੀ ਆ ਚੀਨ ਨੇ ਦੋ ਨਵੇਂ ਉਪਗ੍ਰਹਿ ਵੀ ਲਾਂਚ ਕੀਤੇ ਆ ਜਿਸ ਦਾ ਨਾਮ ਆ ਸਿਆਨ 14 ਐਂਡ ਸਿਆਨ 15 ਠੀਕ ਹੈ ਵਿਸ਼ਵ 골ਡ ਕਾਉਂਸਲਿੰਗ ਦੀ ਰਿਪੋਰਟ ਦੇ ਅਨੁਸਾਰ ਚੀਨ ਵਿਸ਼ਵ ਪੱਧਰੀ ਸੋਨੇ ਦੀ ਰੀਸਾਈਕਲਿੰਗ ਦੇ ਵਿੱਚ ਟੌਪ ਤੇ ਆ ਤੇ ਚੀਨ ਨੇ ਫੁਜਿਆਨ ਨਾਮ ਦਾ ਤੀਜਾ 에ਅਰਕ੍ਰਾਫਟ ਕੈਰੀਅਰ ਵੀ ਲਾਂਚ ਕੀਤਾ ਅਗਲਾ ਪ੍ਰਸ਼ਨ ਆ ਜੀ ਕਿਹੜਾ ਦੇਸ਼ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲੇਗਾ ਹਾਂਜੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲੇਗਾ ਕਾਨਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੁਣ ਇਸ ਦੀ ਪ੍ਰਧਾਨਗੀ ਕਾਨਾ ਸੰਭਾਲੇਗਾ ਤਾਂ ਕਾਨਾ ਦੀ ਕੈਪੀਟਲ ਕੀ ਆ ਅੰਕਰਾ ਇਥੋਂ ਦੀ ਕਰੰਸੀ ਆ ਕਾਨਾ ਕੈਡੀ ਤੇ ਇਥੋਂ ਦੇ ਪ੍ਰੈਜ਼ੀਡੈਂਟ ਆ ਨਾਨਾ ਅਕੂਫੋ ਅਡੂ ਠੀਕ ਹੈ ਹੁਣ ਅਸੀਂ ਗੱਲ ਕੀਤੀ ਆ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਜਾਨੀ ਕਿ ਯੂ ਐਨ ਐਸ ਸੀ ਦੀ ਜਾਨੀ ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੀ ਤਾਂ ਇਸ ਦੀ ਸਥਾਪਨਾ ਕਦੋਂ ਹੋਈ ਸੀ 1945 ਦੇ ਵਿੱਚ ਇਸ ਦਾ ਹੈੱਡਕੁਆਰਟਰ ਨਿਊਯਾਰਕ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਸ ਦੇ ਪੰਜ ਪਰਮਨੈਂਟ ਕੰਟਰੀ ਆ ਯੂਨੈਸਸੀ ਦੀਆਂ ਪੰਜ ਪਰਮਨੈਂਟ ਕੰਟਰੀਜ਼ ਆ ਉਹਨਾਂ ਦੇ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਇੰਪੋਰਟੈਂਟ ਆ ਯੂਐਸਏ ਯੂਕੇ ਫਰਾਂਸ ਰਸ਼ੀਆ ਚਾਈਨਾ ਅਗਲਾ ਪ੍ਰਸ਼ਨ ਆ ਜੀ ਹਾਲ ਹੀ ਵਿੱਚ 41ਮਾ ਸਾਰ ਸੌਰੀ 41ਮਾ ਸ਼ਾਰਜਾਂ ਅੰਤਰਰਾਸ਼ਟਰੀ ਪੁਸਤਕ ਮੇਲਾ ਕਿੱਥੇ ਸ਼ੁਰੂ ਹੋਇਆ ਹਾਂਜੀ ਅੰਤਰਰਾਸ਼ਟਰੀ ਪੁਸਤਕ ਮੇਲਾ ਸ਼ੁਰੂ ਹੋਇਆ ਹੈ ਜਿਹੜਾ ਕਿ 41ਵਾਂ ਹੈ ਤੇ ਇਹ ਯੂਏਈ ਦੇ ਵਿੱਚ ਸ਼ੁਰੂ ਹੋਇਆ ਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਉਹਨੇ ਯੂਏਈ ਦੇ ਵਿੱਚ ਸ਼ੁਰੂ ਹੋਇਆ ਤਾਂ ਯੂਏਈ ਦੀ ਕੈਪੀਟਲ ਕੀ ਆ ਆਬੂਦਾਬੀ ਇਥੋਂ ਦੀ ਕਰੰਸੀ ਆ ਯੂਏਈ ਦਿਰਹਮ ਇਥੋਂ ਦੇ ਪ੍ਰੈਜ਼ੀਡੈਂਟ ਆ ਮੁਹਮਮਦ ਬਿਨ ਅਯਾਦ ਅਲ ਨੀਹਾਂ ਠੀਕ ਹੈ ਇਸ ਤੋਂ ਇਲਾਵਾ ਮਾਲਾਵਾਰ ਗੋਲਡਜ਼ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੇ ਤਹਿਤ ਯੂਏਈ ਤੋਂ 25 ਕਿਲੋਗ੍ਰਾਮ ਸੋਨਾ ਆਜ਼ਾਦ ਕੀਤਾ ਤੇ 22ਵਾਂ ਵਿਸ਼ਵ ਬਲਾਕਚੇਨ ਸਮੇਲਨ ਦੁਬਈ ਦੇ ਵਿੱਚ ਸ਼ੁਰੂ ਹੋਇਆ ਭਾਰਤੀ ਨਿਵੇਸ਼ਕਾਂ ਦੀ ਮਦਦ ਦੇ ਲਈ ਯੂਏਈ ਵਿੱਚ ਫਾਸਟ ਟਰੈਕ ਮੈਕੈਨਿਜ਼ਮ ਸਥਾਪਿਤ ਕੀਤਾ ਗਿਆ ਅਗਲਾ ਪ੍ਰਸ਼ਨ ਹੈ ਜੀ ਕਿਹੜੀ ਕੰਪਨੀ ਨੇ ਹਾਲ ਹੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਵਤਾਰ ਸਟਾਰਟਅਪ ਅਲਰਟ ਨੂੰ ਹਾਸਲ ਕੀਤਾ ਹੈ ਹਾਂਜੀ ਰੀਸੈਂਟਲੀ ਗੂਗਲ ਕੰਪਨੀ ਨੇ ਆਰਟੀਫੀਸ਼ੀਅਲ ਵੇਸ ਦਾ ਇੱਕ 스타ਟਅਪ ਦਾ ਅਵਤਾਰ ਅਲਰਟ ਇਸ ਨੂੰ ਹਾਸਲ ਕੀਤਾ ਵਾ Google ਨੇ ਠੀਕ ਹੈ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਇਸ ਨੂੰ ਕਿੰਨੇ ਆਪਾਂ ਕਹਿ ਸਕਦੇ ਕਿੰਨੇ ਮਿਲੀਅਨ ਡਾਲਰ ਦੇ ਵਿੱਚ ਹਾਸਲ ਕੀਤਾ 100 ਮਿਲੀਅਨ ਡਾਲਰ ਦੇ ਵਿੱਚ 100 ਮਿਲੀਅਨ ਡਾਲਰ ਦਾ ਮਤਲਬ ਇੱਥੇ ਜਾਨੀ ਕਿ ਅਪ੍ਰੋਕਸੀਮੇਟ 824 ਕਰੋੜ ਰੁਪਏ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਹਾਲ ਹੀ ਵਿੱਚ ਕਿਸ ਰਾਜ ਦੀ ਪੁਲਿਸ ਨੇ ਆਪਣਾ ਤੀਜਾ ਸਥਾਪਨਾ ਦਿਵਸ ਮਨਾਇਆ हां जी रिसेंटली लद्दाख दी पुलिस ने अपना तीसरा स्थापना दिवस मनाया ऑप्शन नंबर बी इज द राइट आंसर लद्दाख दी पुलिस ने मनाया लता ਤੁਹਾਨੂੰ ਪਤਾ ਹੋਣਾ ਚਾਹੀਦਾ ਲद्दाख ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਆ ਜਿਵੇਂ ਕਿ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਤੇ ਲद्दाख ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੁੰਨ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹੁੰਦੇ ਆ ਲੈਫਟੀਨੈਂਟ ਗਵਰਨਰ ਤੇ ਲੈਫਟੀਨੈਂਟ ਗਵਰਨਰ ਕੌਣ ਨੇ ਲद्दाख ਦੇ ਰਾਧਾ ਕ੍ਰਿਸ਼ਨਨ ਮਾਥੁਰ ਠੀਕ ਹੈ ਤੇ ਹੈਮਿਸ نیشنل پارک ਲद्दाख ਦੇ ਵਿੱਚ ਪੈਂਦਾ ਵਾ ਇਸ ਤੋਂ ਇਲਾਵਾ ਲਦਾਖ ਦੇ ਵਿੱਚ ਮੈਂ ਵੀ ਸੁਭਾਸ ਅਭਿਆਨ ਸ਼ੁਰੂ ਹੋਇਆ ਅਗਨੀ ਤਤ ਅਭਿਆਨ ਦਾ ਪਹਿਲਾ ਸੈਮੀਨਾਰ ਲਦਾਖ ਦੇ ਲੇ ਵਿੱਚ ਹੋਇਆ ਲੇ ਦੇ ਵਿੱਚ ਹੀ 26 ਮਈ ਸਿੱਧੂ ਦਰਸ਼ਨ ਯਾਤਰਾ ਸ਼ੁਰੂ ਹੋਈ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੇ ਲਈ ਭਾਰਤ ਦੇ ਪਹਿਲੇ ਕਮਿਊਨਿਟੀ ਮਿਊਜ਼ੀਅਮ ਦਾ ਉਦਘਾਟਨ ਵੀ ਲਦਾਖ ਦੇ ਵਿੱਚ ਹੋਇਆ ਭਾਰਤ ਦਾ ਪਹਿਲਾ ਮੂਵਿੰਗ ਸਿਨੇਮਾ ਹਾਲ ਲਦਾਖ ਦੇ ਲੇ ਵਿੱਚ ਸਥਾਪਿਤ ਕੀਤਾ ਗਿਆ ਅਗਲਾ ਪ੍ਰਸ਼ਨ ਆ ਕਿਸ ਨੇ ਹਾਲ ਹੀ ਵਿੱਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਕਟ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਕਟ ਲਾਂਚ ਕੀਤਾ ਸਪੇਸਐਕਸ ਨੇ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੈ ਸਪੇਸਐਕਸ ਇੱਕ ਐਲਾਨ ਮਸਕ ਦੀ ਕੰਪਨੀ ਆ ਤੇ ਇਸ ਨੇ ਹੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਕਟ ਲਾਂਚ ਕੀਤਾ ਅੱਛਾ ਮੈਂ ਐਲਾਨ ਐਲਾਨ ਮਸਕ ਬੋਲਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਐਲਾਨ ਮਸਕ ਨੇ ਟਵਿੱਟਰ ਨੂੰ ਵੀ ਖਰੀਦ ਲਿਆ ਤੇ ਟਵਿੱਟਰ ਤੇ ਜਿੰਨੇ ਵੀ ਸੈਲੀਬ੍ਰਿਟੀ ਆ ਉਹਨਾਂ ਕੋਲ ਤੁਹਾਨੂੰ ਪਤਾ ਜਿੰਨੇ ਵੀ ਟਵਿੱਟਰ ਦੇ ਸੈਲੀਬ੍ਰੇਟ ਆ ਉਹਨਾਂ ਦੇ ਬਲੂ ਟਿਕ ਲੱਗਿਆ ਹੁੰਦਾ ਠੀਕ ਹੈ ਤੇ ਉਹਨਾਂ ਦੀ ਪ੍ਰੋਫਾਈਲ ਤੇ ਜਿਹੜਾ ਬਲੂ ਟਿਕ ਲੱਗਿਆ ਹੁੰਦਾ ਸੀ ਹੁਣ ਟਵਿੱਟਰ ਨੇ ਇਸ ਬਲੂ ਟਿਕ ਦੇ ਲਈ 8 ਡਾਲਰ ਪਰ ਮੰਥ ਚਾਰਜ ਦੇਣ ਦਾ ਵੀ ਐਲਾਨ ਕੀਤਾ ਅਗਲਾ ਪ੍ਰਸ਼ਨ ਅਜੀ ਹਾਲ ਹੀ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਹੱਥ ਲਿਖਤ ਲਾਇਬ੍ਰੇਰੀ ਕਿਸ ਰਾਜ ਵਿੱਚ ਬਣਾਈ ਜਾ ਰਹੀ ਹੈ हां जी ਦੁਨੀਆ ਦੀ ਸਭ ਤੋਂ ਵੱਡੀ ਹੱਥ ਲਿਖਤ ਲਾਇਬ੍ਰੇਰੀ ਬਣਾਈ ਜਾ ਰਹੀ ਆ ਗੁਜਰਾਤ ਰਾਜ ਦੇ ਵਿੱਚ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਇਹ ਲਾਇਬ੍ਰੇਰੀ ਗੁਜਰਾਤ ਦੇ ਵਿੱਚ ਬਣਾਈ ਜਾ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੀ ਕੈਪੀਟਲ ਕੀ ਆ ਗਾਂਦੀ ਨਗਰ ਇੱਥੋਂ ਦੇ ਚੇਅਰਮੈਨਸਰਾ ਭੁਪਿੰਦਰ ਪਾਈ ਪਟੇਲ ਤੇ ਇੱਥੋਂ ਦੇ ਗਵਰਨਰ ਆ ਆਚਾਰੀਆ ਦੇਵਰਾਥ ਗੁਜਰਾਤ ਦੇ ਵਿੱਚ ਗਿਰੀ ਨੈਸ਼ਨਲ ਪਾਰਕ ਆ ਇਹ ਏਸ਼ੀਆਟਿਕ ਕਲਾਈਮਸ ਦੇ ਲਈ ਫੇਮਸ ਆ ਗੁਜਰਾਤ ਦੇ ਵਿੱਚ ਸਰਦਾਰ ਸਰੋਵਰ ਡੈਮ ਆ ਨਲਸ ਰੂਵਰ ਇਲਾਕਾ ਥੋਲ ਲੈਕਾ ਖਿਜ਼ਾਰੀਆ ਲੈਕਾ ਕਨਕੜੀਆ ਲੈਕਾ ਠੀਕ ਹੈ ਜੀ ਜਲ ਜੀਵਨ ਮਿਸ਼ਨ ਦੇ ਤਹਿਤ 100% ਕਰੇ ਲੂ ਟੂ ਟੀ ਕਨੈਕਸ਼ਨ ਵਾਲਾ ਰਾਜ ਬਣਿਆ ਗੁਜਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਗੁਜਰਾਤ ਦੇ ਗਾਂਧੀ ਨਗਰ ਵਿੱਚ ਮਿਸ਼ਨ ਸਕੂਲ ਆਫ ਐਕਸੀਲੈਂਸ ਦੀ ਸ਼ੁਰੂਆਤ ਕੀਤੀ ਤੇ 12ਵਾਂ ਡਿਫੈਂਸ ਐਕਸਪੋ ਵੀ ਗੁਜਰਾਤ ਦੇ ਗਾਂਧੀ ਨਗਰ ਦੇ ਵਿੱਚ ਹੀ ਸ਼ੁਰੂ ਹੋਇਆ ਇਸ ਤੋਂ ਇਲਾਵਾ ਗੁਜਰਾਤ ਦਾ ਇੱਕ ਪਿੰਡਾ 모ਡੇਰਾ ਇਸ ਨੂੰ 24/7 ਸੂਰਜੀ ਊਰਜਾ ਵਾਲਾ ਪਿੰਡ ਸਥਾਪਿਤ ਕੀਤਾ ਗਿਆ ਠੀਕ ਹੈ ਜੀ ਇਸ ਤੋਂ ਇਲਾਵਾ ਗੁਜਰਾਤ ਦੇ ਸਿਰਾਜ ਗੁਜਰਾਤ ਦੇ ਵਿੱਚ ਇੱਕ ਸਿਰਾਜਪੁਰ ਵਿੱਚ ਇਸ ਨੂੰ ਬਲੂ ਫਲੈਗ ਦਾ ਸਰਟੀਫਿਕੇਟ ਮਿਲਿਆ ਠੀਕ ਹੈ ਤੇ ਦੁਨੀਆ ਦਾ ਸਭ ਤੋਂ ਵੱਡਾ ਜ਼ਿੰਕ ਸਮੈਲਟਰ ਪ੍ਰੋਜੈਕਟ ਗੁਜਰਾਤ ਦੇ ਵਿੱਚ ਬਣ ਰਿਹਾ ਮੁੱਖ ਮੰਤਰੀ ਮਹਿਲਾ ਉਤਕর্ষ ਯੋਜਨਾ ਗੁਜਰਾਤ ਦੇ ਵਿੱਚ ਸ਼ੁਰੂ ਹੋਈ ਅਗਲਾ ਪ੍ਰਸ਼ਨ ਹੈ ਜੀ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਐਡਵਰਡ ਐਮ ਕੈਨੇਡੀ ਨੂੰ ਫਰੈਂਡਸ ਆਫ ਲਿਬਰੇਸ਼ਨ ਫਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਵੈਰੀ ਵੈਰੀ ਇੰਪੋਰਟੈਂਟ ਹਾਂਜੀ ਰੀਸੈਂਟਲੀ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਆ ਸੇਖ ਹਸਿਨਾ ਤੇ ਇਹਨਾਂ ਨੇ ਬੰਗਲਾਦੇਸ਼ ਮੁਕਤੀ ਦੇ ਵਿੱਚ ਯੋਗਦਾਨ ਦੇਣ ਦੇ ਲਈ ਡਾਕਾ ਵਿੱਚ ਸਾਬਕਾ ਅਮਰੀਕੀ ਸੈਨੇਟਰ ਐਡਵਰਡ ਐਮ ਕੈਨੇਡੀ ਨੂੰ ਏ ਅਵਾਰਡ ਦਿੱਤਾ ਵਾ ਠੀਕ ਹੈ ਤੇ ਇਹ ਅਵਾਰਡ ਇਹਨਾਂ ਨੂੰ ਮਰਨ ਉਪਰੰਤ ਦਿੱਤਾ ਤੇ ਇਹ ਅਵਾਰਡ ਅਵਾਰਡ ਆ ਜੋ ਪ੍ਰਾਪਤ ਕੀਤਾ ਵਾ ਇਹਨਾਂ ਦੇ بیٹے ਨੇ ਜਿਨ੍ਹਾਂ ਦਾ ਨਾਮ ਆ ਐਡਵਰਡ ਐਮ ਟੈਡ ਕਨੇਡੀਜ਼ ਜੂਨੀਅਰ ਠੀਕ ਹੈ ਤੇ ਹੁਣ ਅਸੀਂ ਗੱਲ ਕੀਤੀ ਆ ਬੰਗਲਾਦੇਸ਼ ਦੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੰਗਲਾਦੇਸ਼ ਬੰਗਲਾਦੇਸ਼ ਦੀ ਕੈਪੀਟਲ ਕੀ ਹੈ ਡਾਕਾ ਇਤੋਂ ਦੀ ਕ੍ਰਾਂਸੀ ਆ ਟਕਾ ਤੇ ਇਤੋਂ ਦੇ ਪ੍ਰਾਈਮ ਮਿਨਿਸਟਰ ਆ ਸੇਖ ਹਸੀਨਾ ਇਤੋਂ ਦੇ ਗਵਰਨਰ ਆ ਅਬਦੁੱਲਾ ਹਾਮਿਦ ਸੰਪ੍ਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਬੰਗਲਾਦੇਸ਼ ਅਤੇ ਇੰਡੀਆ ਦੇ ਵਿੱਚਕਾਰ ਹੁੰਦੀ ਆ ਠੀਕ ਹੈ ਜੀ ਇਸ ਤੋਂ ਇਲਾਵਾ ਬੰਗਲਾਦੇਸ਼ 26 ਮਾਰਚ 1971 ਨੂੰ ਆਜ਼ਾਦ ਹੋਇਆ ਸੀ ਬੰਗਲਾਦੇਸ਼ ਦੀ ਸੰਸਦ ਦਾ ਨਾਮ ਜاتی ਸੰਸਦ ਜਾਂ ਫਿਰ ਰਾਸ਼ਟਰੀ ਸੰਸਦ ਵੀ ਬੋਲ ਦਿੱਤਾ ਜਾਂਦਾ ਬੰਗਲਾਦੇਸ਼ ਦੇ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਜਾਂਦਾ ਵਰੇਖਪੁੱਤਰ ਨਦੀ ਨੂੰ ਬੰਗਲਾਦੇਸ਼ ਦੇ ਵਿੱਚ ਜਮੁਨਾ ਦੇ ਨਾਮ ਨਾਲ ਜਾਣਿਆ ਜਾਂਦਾ ਬੰਗਲਾਦੇਸ਼ ਦੀ ਸਭ ਤੋਂ ਲੰਬੀ ਨਦੀ ਹੈ ਸੁਰਮਾ ਨਦੀ ਡਿਜੀਟਲ ਹੌਟ ਪਲੇਟਫਾਰਮ ਬੰਗਲਾਦੇਸ਼ ਨੇ ਲਾਂਚ ਕੀਤਾ ਭਾਰਤ ਅਤੇ ਬੰਗਲਾਦੇਸ਼ ਦੇਸ਼ ਵਿਚਕਾਰ ਮਿੱਤਰ ਸੇਤੂ ਦਾ ਉਦਘਾਟਨ ਹੋਇਆ ਯੋਗਯੋਗ ਨਾਮ ਦਾ ਖੁੱਲਦਾ ਸੋਸ਼ਲ ਮੀਡੀਆ ਪਲੇਟਫਾਰਮ ਬੰਗਲਾਦੇਸ਼ ਨੇ ਲਾਂਚ ਕੀਤਾ ਤੇ ਬੰਗਲਾਦੇਸ਼ ਭਾਰਤ ਦੇ ਨਾਲ ਆਪਣੀ ਸਭ ਤੋਂ ਲੰਬੀ ਹੱਦ ਬਣਾਉਂਦਾ ਕਿੰਨੀ ਹੱਦ ਲੱਗਦੀ ਹੈ ਬੰਗਲਾਦੇਸ਼ ਦੀ ਭਾਰਤ ਦੇ ਨਾਲ 4096 ਕਿਲੋਮੀਟਰ ਦੀ ਤੇ ਭਾਰਤ ਦੇ ਕਿਹੜੇ ਕਿਹੜੇ ਰਾਜ ਆ ਜਿਨ੍ਹਾਂ ਦੀ ਹੱਦ ਲੱਗਦੀ ਆ ਪੱਛਮੀ ਬੰਗਾਲ ਦੀ ਅਸਮ ਦੀ ਬੇਗਾਲੀਆ ਦੀ ਤ੍ਰਿਪੁਰਾ ਤੇ ਮਿਜ਼ੋਰਮ ਦੀ ਠੀਕ ਹੈ ਇਸ ਤੋਂ ਇਲਾਵਾ ਗਲੋਬਲ ਯੂਥ ਕਲਾਈਮੇਟ ਸਮਿਟ ਬੰਗਲਾਦੇਸ਼ ਦੇ ਵਿੱਚ ਸ਼ੁਰੂ ਹੋਇਆ ਬੰਗਲਾਦੇਸ਼ ਦੇ ਕ੍ਰਿਕਟ ਰੂਬਲ ਹੁਸੈਨ ਨੇ ਟੈਸਟ ਕ੍ਰਿਕਟ ਤੋਂ ਸન્યાਸ ਲੈਣ ਦਾ ਐਲਾਨ ਕੀਤਾ ਤਮੀਮ ਇਕਵਾਲ ਬੰਡੇ ਵਿੱਚ 8000 ਦੌੜਾਂ ਬਣਾਉਣ ਵਾਲਾ ਪਹਿਲਾ ਬੰਗਲੇਵਾਜ਼ ਬੰਗਲਾਦੇਸ਼ ਦੀ ਬੱਲੇਬਾਜ਼ ਬਣਿਆ ਇਸ ਤੋਂ ਇਲਾਵਾ ਬਸੀਫਾ ਨਜ਼ਰੀਨ K2 ਨੂੰ ਜਿੱਤਣ ਵਾਲੀ ਪਹਿਲੀ ਬੰਗਲਾਦੇਸ਼ੀ ਮਹਿਲਾ ਬਣੀ ਤੇ ਬੰਗਲਾਦੇਸ਼ ਨੇ ਖਿਡਾਰੀ ਤਮੀਮ ਇਕਵਾਲ ਨੇ T20 ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕੀਤਾ ਅਗਲਾ ਪ੍ਰਸ਼ਨ ਹੈ ਜੀ ਹਾਲ ਹੀ ਵਿੱਚ ਅੰਤਰਰਾਸ਼ਟਰੀ ਟੂ ਐਂਡ ਇਮਿਊਨਿਟੀਜ਼ ਫਾਰ ਕਰਾਈਮਸ ਅਗੇਂਸਟ ਪੱਤਰਕਾਰ ਕਦੋਂ ਦੇ ਮਨਾਇਆ ਗਿਆ ਹਾਂਜੀ ਇਹ ਦਿਵਸ ਮਨਾਇਆ ਗਿਆ ਵਾ ਅੰਤਰਰਾਸ਼ਟਰੀ ਦਿਵਸ ਆ ਜਿਸ ਦਾ ਨਾਮ ਆ 2 ਐਂਡ 2 ਐਂਡ ਇਮਿਊਨਿਟੀ ਫਾਰ ਕਰਾਈਮਸ ਅਗੇਂਸਟ ਪੱਤਰਕਾਰ ਦਿਵਸ ਇਹ ਬਣਾਇਆ ਗਿਆ ਵਾ 2 ਨਵੰਬਰ ਨੂੰ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਹੁਣ ਅਸੀਂ 2 ਨਵੰਬਰ ਦੀ ਗੱਲ ਕਰ ਰਹੇ ਹਾਂ ਤਾਂ ਤੁਹਾਨੂੰ ਪਤਾ ਹੈ 1 ਨਵੰਬਰ ਨੂੰ ਵਿਸ਼ਵ ਸਾਕਾਹਾਰੀ ਦਿਵਸ ਮਨਾਇਆ ਗਿਆ ਇਸ ਤੋਂ ਇਲਾਵਾ 7 ਭਾਰਤੀ ਰਾਜਾਂ ਦਾ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਸਥਾਪਨਾ ਦਿਵਸ ਮਨਾਇਆ ਗਿਆ ਤੇ 7 ਭਾਰਤੀ ਰਾਜ ਕਿਹੜੇ ਆ ਕੇਰਲ ਕਰਨਾਟਕ ਆਂਧਰਾ ਪ੍ਰਦੇਸ਼ ਪੰਜਾਬ ਹਰਿਆਣਾ ਮੱਧ ਪ੍ਰਦੇਸ਼ ਛਤੀਸਗੜ੍ਹ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜੇ ਆ ਲਕਸ਼ਦੀਪ ਅਤੇ ਪੁੱਡੂਚੇਰੀ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ